ਸਾਰਿਆਂ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ। ਮੈਂ ਹਾਂ ਮਨਦੀਪ ਕੌਰ ਸਿੱਧੂ। ਅੱਜ ਸਾਡਾ ਕੈਂਪੇਨ ਨੰਬਰ 94 ਆ। ਬੜੀ ਜਲਦੀ ਅਸੀਂ 100 ਕੈਂਪੇਨ ਦੇ ਕੋਲ ਪਹੁੰਚਣ ਵਾਲੇ ਹਾਂ। ਤੇ ਸਭ ਤੋਂ ਪਹਿਲਾਂ ਮੈਂ ਇਹ ਦੱਸਣਾ ਚਾਹਾਂਗੀ ਕਿ ਅੱਜ ਅਸੀਂ ਪਿੰਡ ਰੁਮਾਣਾ ਚੱਕ ਦੇ ਵਿੱਚ ਹੈਗੇ ਹਾਂ। ਪਿੰਡ ਰੁਮਾਣਾ ਚੱਕ ਜਿਹੜਾ ਹੈ ਉਹ ਡਿਸਟ੍ਰਿਕਟ ਅੰਮ੍ਰਿਤਸਰ ਦੇ ਵਿੱਚ ਆ। ਸੋ ਹਮੇਸ਼ਾ ਸਾਡੀ ਕੋਸ਼ਿਸ਼ ਹੁੰਦੀ ਹੈ ਕਿ ਆਪਾਂ ਲੋਕਲ ਸਕੂਲਸ ਜਿਹੜੇ ਆ ਉਹ ਕਵਰ ਕਰੀਏ ਮੈਕਸੀਮਮ, ਤਾਂ ਕਿ ਸਾਨੂੰ ਲੌਜਿਸਟਿਕਸ ਘੱਟ ਤੋਂ ਘੱਟ ਜਿਹੜਾ ਪਵੇ। ਖਾਸੀਅਤ ਅੱਜ ਦੇ ਕੈਂਪੇਨ ਦੀ ਇਹ ਹੈ ਕਿ ਇਸ ਕੈਂਪੇਨ ਨੂੰ, ਸ਼ੂ ਗਿਵਿੰਗ ਕੈਂਪੇਨ ਨੂੰ, ਖਾਲਸਾ ਏਡ ਇੰਟਰਨੈਸ਼ਨਲ ਨੇ ਸਪੋਂਸਰ ਕੀਤਾ। ਸੋ ਦੱਸਣਾ ਚਾਹਾਂਗੀ ਕਿ ਖਾਲਸਾ ਏਡ ਇੰਟਰਨੈਸ਼ਨਲ UK ਦੀ NGO ਆ, ਜੋ ਕਿ ਮਿਸਟਰ ਰਵੀ ਸਿੰਘ ਜਿਹਨੂੰ ਲੀਡ ਕਰਦੇ ਨੇ ਖਾਲਸਾ ਏਡ ਨੂੰ। ਅਤੇ ਇੰਡੀਆ ਦੇ ਵਿੱਚ ਅਮਰਪ੍ਰੀਤ ਸਿੰਘ ਜੀ ਆ, ਜੋ ਕਿ ਖਾਲਸਾ ਏਡ ਟੀਮ ਨੂੰ ਲੀਡ ਕਰਦੇ ਨੇ, ਇੰਡੀਆ ਦੇ CEO ਨੇ। ਸੋ ਬਹੁਤ ਬਹੁਤ ਸ਼ੁਕਰੀਆ ਰਵੀ ਸਿੰਘ ਜੀ ਦਾ ਅਤੇ ਅਮਰਪ੍ਰੀਤ ਸਿੰਘ ਜੀ ਦਾ, ਜਿਨ੍ਹਾਂ ਨੇ ਮੇਰੀ ਮੁਹਿੰਮ ਨੂੰ ਇੰਨਾ ਕਲੋਜ਼ਲੀ ਵਾਚ ਕੀਤਾ ਅਤੇ ਇਹ ਡਿਸੀਜਨ ਲਿਆ ਕਿ ਖਾਲਸਾ ਏਡ ਇੰਟਰਨੈਸ਼ਨਲ ਸਾਨੂੰ 1000 ਸ਼ੂਜ਼ ਜਿਹੜੇ ਆ ਸਪੋਂਸਰ ਕਰੇਗੀ, ਜਿਹੜੇ ਕਿ ਡਿਫਰੈਂਟ ਡਿਸਟ੍ਰਿਕਟਸ ਦੇ ਵਿੱਚ ਐਲੀਮੈਂਟਰੀ ਸਕੂਲਸ ਦੇ ਵਿੱਚ ਜਿਹੜੇ ਕਿ ਦਿੱਤੇ ਜਾਣ। ਸੋ ਮੇਰੇ ਵੋਲੰਟੀਅਰਸ ਜਾਂ ਮੇਰੇ ਵਿਊਅਰਸ ਜਿਹੜੇ ਸਾਨੂੰ ਹਮੇਸ਼ਾ ਦੇਖਦੇ ਰਹਿੰਦੇ ਨੇ, ਉਹਨਾਂ ਨੂੰ ਮੇਰੀ ਰਿਕੁਐਸਟ ਆ ਕਿ ਪਲੀਜ਼ ਜੇ ਤੁਸੀਂ ਖਾਲਸਾ ਏਡ ਦੇ ਵੋਲੰਟੀਅਰਸ ਜਾਂ ਖਾਲਸਾ ਏਡ ਦਾ ਪੇਜ ਤੁਸੀਂ ਲਾਈਕ ਕੀਤਾ, ਤਾਂ ਉਹਨਾਂ ਨੂੰ ਜ਼ਰੂਰ ਥੈਂਕਸ ਕਹੋ ਕਿ 1000 ਸ਼ੂਜ਼ ਉਹਨਾਂ ਨੇ ਸਾਨੂੰ ਜਿਹੜੇ ਆ ਸਪੋਂਸਰ ਕੀਤੇ ਨੇ ਅਤੇ ਸਾਡੀ ਮੁਹਿੰਮ ਨੂੰ ਫਾਸਟ ਤਰੀਕੇ ਦੇ ਨਾਲ ਹੋਰ ਅੱਗੇ ਵਧਾਇਆ। ਸੋ ਖਾਲਸਾ ਏਡ ਦਾ ਕੰਮ ਜਿਹੜਾ ਆਲਮੋਸਟ ਸਾਰਿਆਂ ਨੇ ਦੇਖਿਆ ਅਤੇ ਵਨ ਆਫ ਦਾ ਸੀਨੀਅਰ NGOs ਤੁਸੀਂ ਕਹਿ ਸਕਦੇ ਹੋ, ਵਨ ਆਫ ਦਾ ਫਾਸਟੈਸਟ ਗਰੋਇੰਗ NGO ਤੁਸੀਂ ਕਹਿ ਸਕਦੇ ਹੋ, ਕਿ ਜਿਹੜੇ ਹਮੇਸ਼ਾ ਹੀ ਡਿਜ਼ਾਸਟਰ ਮੈਨੇਜਮੈਂਟ 'ਤੇ ਜਿਹੜਾ ਕੰਮ ਕਰਦੇ ਜਾਂ ਡਿਜ਼ਾਸਟਰ ਜਿਹੜੇ ਏਰੀਆਜ਼ ਆ ਜਿੱਥੇ ਬਹੁਤ ਹੀ ਜ਼ਿਆਦਾ ਪ੍ਰੋਬਲਮ ਹੈ, ਸਪੋਜ਼ ਕਿ ਉੱਥੇ ਰਿਫਿਊਜੀਜ਼ ਰਹਿੰਦੇ ਨੇ, ਕੋਈ ਵਾਰ ਆ ਜਾਂ ਕੋਈ ਹੜ੍ਹ ਆ ਗਿਆ, ਇਸ ਤਰ੍ਹਾਂ ਦੀਆਂ ਜਦੋਂ ਡਿਜ਼ਾਸਟਰਸ ਹੁੰਦੇ ਨੇ ਡਿਫਰੈਂਟ ਕੰਟਰੀਜ਼ ਦੇ ਵਿੱਚ, ਅਤੇ ਉਦੋਂ ਖਾਲਸਾ ਏਡ ਦੀ ਟੀਮ ਜਿਹੜੀ ਆ ਵਿਜ਼ਿਟ ਕਰਦੀ ਆ ਉੱਥੇ, ਅਤੇ ਉਹਨਾਂ ਦਾ ਜਿਹੜਾ ਮੋਟਿਵ ਆ ਰੈਕੋਗਨਾਈਜ਼ ਆਲ ਦੀ ਹਿਊਮਨ ਰੇਸ ਐਜ ਵਨ, ਕਿ ਸਾਰਿਆਂ ਨੂੰ ਬਿਲਕੁਲ ਇੱਕੋ ਜਿੱਕੇ ਹੀ ਆ ਅਸੀਂ ਇਸ ਧਰਤੀ 'ਤੇ, ਕੋਈ ਰਿਲੀਜਨ ਨਹੀਂ ਆ, ਕੋਈ ਉੱਚਾ ਨਹੀਂ ਆ, ਕੋਈ ਨੀਵਾਂ ਨਹੀਂ ਆ। ਸੋ ਬਹੁਤ ਹੀ ਵਧੀਆ ਕੰਮ ਹੈ ਖਾਲਸਾ ਏਡ ਦਾ, ਅਤੇ ਖਾਲਸਾ ਏਡ ਨੂੰ ਤੁਸੀਂ, ਖਾਲਸਾ ਏਡ ਦਾ ਕੰਮ ਜਿਹੜਾ ਉਹ ਤੁਸੀਂ ਫੇਸਬੁੱਕ 'ਤੇ ਪੇਜ ਲਾਈਕ ਕਰ ਸਕਦੇ ਹੋ, ਅਤੇ ਖਾਲਸਾ ਏਡ ਦੀ ਵੈਬਸਾਈਟ ਆ www.khalsaaid.org, ਅਤੇ ਤੁਸੀਂ ਡਾਇਰੈਕਟਲੀ ਖਾਲਸਾ ਏਡ ਨੂੰ ਵੀ ਜਿਹੜੀ ਆ ਆਪਣੀ ਡੋਨੇਸ਼ਨਸ ਭੇਜ ਸਕਦੇ ਹੋ, ਤਾਂ ਕਿ ਸ਼ੂ ਗਿਵਿੰਗ ਕੈਂਪੇਨ 'ਚ ਉਹਨਾਂ ਨੂੰ ਥੋੜ੍ਹੀ ਮਦਦ ਹੋ ਜਾਵੇ, ਬਿਕੋਜ਼ ਉਹ ਵੀ ਫੰਡ ਰੇਜ਼ਿੰਗ ਕਰ ਰਹੇ ਨੇ 1000 ਸ਼ੂਜ਼ ਦੇ ਲਈ, ਉਹਨਾਂ ਨੂੰ ਸਪੋਰਟ ਕਰੋ। ਸੋ ਲੇਟੈਸਟ ਉਹਨਾਂ ਨੇ ਰੋਹਿੰਗਿਆ ਰਿਫਿਊਜੀਜ਼ ਬਾਂਗਲਾਦੇਸ਼ ਦੇ ਵਿੱਚ ਉਹਨਾਂ ਦਾ ਲੇਟੈਸਟ ਪ੍ਰੋਜੈਕਟ ਸੀ। ਸੋ ਬਹੁਤ ਸਾਰਿਆਂ ਨੇ ਉਹਨਾਂ ਦਾ ਕੰਮ ਜਿਹੜਾ ਉਹ ਵੇਖਿਆ ਹੀ ਆ। ਸੋ ਬਹੁਤ ਬਹੁਤ ਸ਼ੁਕਰਗੁਜ਼ਾਰ ਇਹੋ ਜਿਹੀਆਂ NGOs ਦੀ, ਜੋ ਕਿ ਦੂਸਰੀਆਂ NGOs ਨੂੰ ਵੀ ਸਪੋਰਟ ਕਰ ਰਹੇ ਨੇ, ਅਤੇ ਵਾਕਈ ਇੱਕ ਕੌਜ਼ ਜਿਹੜਾ ਉਹਨੂੰ ਲੱਗ ਰਿਹਾ ਕਿ ਹਾਂ ਸਾਨੂੰ ਐਡਰੈਸ ਕਰਨਾ ਚਾਹੀਦਾ, ਉਹਦੇ ਵਿੱਚ ਸਾਡੀ ਹੈਲਪ ਕਰ ਰਹੇ ਨੇ। ਸੋ ਅੱਜ ਅਸੀਂ ਰੁਮਾਣਾ ਚੱਕ ਜਿਹੜਾ ਸਕੂਲ ਉਹ ਫਾਈਨਲ ਕੀਤਾ। ਸੋ ਰੁਮਾਣਾ ਚੱਕ ਅੰਮ੍ਰਿਤਸਰ ਡਿਸਟ੍ਰਿਕਟ ਦੇ ਵਿੱਚ ਹੈਗਾ, ਇੱਥੇ ਆਲਮੋਸਟ 100 ਬੱਚੇ ਨੇ ਜਿਨ੍ਹਾਂ ਨੂੰ ਅੱਜ ਸ਼ੂਜ਼ ਮਿਲਣੇ ਨੇ, ਅਤੇ ਆਲਮੋਸਟ ਸਾਰੇ ਹੀ ਬੱਚਿਆਂ ਨੇ ਇੱਥੇ ਅੱਜ ਚੱਪਲਾਂ ਹੀ ਪਾਈਆਂ ਹੋਈਆਂ ਨੇ। ਸੋ ਕੁਛ ਬੱਚੇ ਹੈਗੇ ਨੇ ਜਿਨ੍ਹਾਂ ਦੇ ਪੈਰ 'ਤੇ ਸੱਟ ਲੱਗੀ ਆ, ਉਹ ਮੈਂ ਦਿਖਾਉਣਾ ਚਾਹੁੰਦੀ। ਤੁਹਾਡਾ ਨਾਮ ਕੀ ਆ? ਸੁਖਮਨ। ਤੁਹਾਡਾ ਨਾਮ ਕੀ ਆ? ਮਹਿਕਪ੍ਰੀਤ। ਤੁਸੀਂ ਰੋਜ਼ ਬੂਟ ਪਾ ਕੇ ਆਉਣੇ ਹੁਣ, ਠੀਕ ਆ? ਫਿਰ ਠੀਕ ਹੋ ਜਾਏਗਾ। ਸੋ 4-5 ਬੱਚੇ ਨੇ ਜਿੱਥੇ ਬੜੀ ਜ਼ਬਰਦਸਤ ਸੱਟ ਲੱਗੀ ਆ ਉਹਨਾਂ ਦੇ। ਸੋ ਹਰ ਸਕੂਲ ਦੇ ਵਿੱਚ ਅਸੀਂ ਦੇਖਦੇ ਹਾਂ ਇਹੋ ਜਿਹੇ ਬੱਚੇ ਕਿ ਜਿਨ੍ਹਾਂ ਦੇ ਪੈਰਾਂ 'ਤੇ ਜ਼ਖਮ ਨੇ ਜਾਂ ਜਿਨ੍ਹਾਂ ਦੇ
ਪੈਰਾਂ ਤੇ ਸੱਟ ਲੱਗੀ ਹੈ ਤੇ ਵਾਕਈ ਉਹਨਾਂ ਦੇ ਜਿਹੜੇ ਪੈਰ ਆ ਉਹ ਸ਼ੂਜ਼ ਨੂੰ ਜਿਹੜੀ ਉਹਦੀ ਵੇਟ ਕਰ ਰਹੇ ਨੇ। ਬੜੀ ਥੈਂਕਫੁਲ ਆ ਸਾਰੀ NGOs ਦੀ ਜਿਹੜੀਆਂ ਕਿ ਆਪਣੀ ਆਪਣੀ ਜਗ੍ਹਾ ਤੇ ਵੀ ਹੁਣ ਸ਼ੂ ਗਿਵਿੰਗ ਕੈਂਪੇਨ ਜਿਹੜੀ ਕਰ ਰਹੀਆਂ ਨੇ ਤੇ ਸਾਨੂੰ ਸਪੋਰਟ ਕਰ ਰਹੀਆਂ ਨੇ ਜਾਂ ਆਪਣੇ ਲੋਕਲ ਐਲੀਮੈਂਟਰੀ ਸਕੂਲ ਨੂੰ ਸਪੋਰਟ ਕਰ ਰਹੀਆਂ ਨੇ। ਸੋ ਆਲਮੋਸਟ ਸਾਰੇ ਬੱਚੇ ਤੁਸੀਂ ਦੇਖ ਸਕਦੇ ਹੋ ਚੱਪਲਾਂ ਵਿੱਚ। ਰੋਜ਼ ਬੂਟ ਪਾ ਕੇ ਆਓਗੇ ਰੋਜ਼? ਬੜੀ ਜ਼ਰੂਰਤ ਆ ਸ਼ੂ ਗਿਵਿੰਗ ਦੀ ਅਵੇਅਰਨੈਸ ਕਰਨ ਦੀ। ਸੋ ਤੁਸੀਂ ਜ਼ਰੂਰ ਇਸ ਵੀਡੀਓ ਨੂੰ ਤੁਸੀਂ ਸ਼ੇਅਰ ਕਰ ਸਕਦੇ ਹੋ ਅਤੇ ਮੈਂ ਆਪਣਾ ਨੰਬਰ ਅਤੇ ਆਪਣੀ ਜਾਂ ਜਦੋਂ ਸਾਡੇ ਨਾਲ ਹੋਰ ਵਿਊਅਰਸ ਜਿਹੜੇ ਉਹ ਜੁੜ ਜਾਣਗੇ, ਤੁਹਾਡੇ ਫਰੈਂਡਸ ਰਿਲੇਟਿਵ ਜੁੜ ਜਾਣਗੇ ਅਤੇ ਫਿਰ ਉਹ ਸਾਡਾ ਡੇਲੀ ਈਵਨਿੰਗ ਦੇ ਵਿੱਚ ਪੜ੍ਹ ਸਕਦੇ ਨੇ ਕਿ ਸਾਡੇ ਕਿਹੜੇ ਕੈਂਪੇਨਸ ਦੇ ਵਿੱਚ ਸਾਨੂੰ ਲੋੜ ਆ ਸ਼ੂ ਸਪੋਂਸਰ ਕਰਨ ਦੀ, ਕਿਉਂਕਿ ਲਗਾਤਾਰ ਸਾਡੀ ਟੀਮ ਜਿਹੜੀ ਆ ਉਹ ਸਰਵੇਜ਼ ਕਰ ਰਹੀ ਆ ਅਤੇ ਅੱਗੋਂ ਅੱਗੋਂ ਪੂਰੀ ਕੋਸ਼ਿਸ਼ ਕਰ ਰਹੀ ਹੈ ਕਿ ਅਸੀਂ ਜਿਹੜੇ ਸ਼ੂ ਗਿਵਿੰਗ ਕੈਂਪੇਨ ਆ ਉਹ ਲਾਈਨ ਅਪ ਕਰਕੇ ਰੱਖੀਏ ਐਟਲੀਸਟ ਅਗਲੇ 2 ਤੋਂ 3 ਮਹੀਨਿਆਂ ਦੇ, ਤਾਂ ਕਿ ਸਾਡਾ ਕੰਮ ਜਿਹੜਾ ਹੈ ਉਹ ਕਿਤੇ ਵੀ ਨਾ ਰੁਕੇ। ਤੁਸੀਂ ਜ਼ਰੂਰ ਸ਼ਾਮ ਨੂੰ ਜਿਹੜੀ ਆ ਉਹ ਲਿਸਟ ਪੜ੍ਹ ਸਕਦੇ ਹੋ ਡੇਲੀ ਕਿ ਕਿਹੜੇ ਕਿਹੜੇ ਸਕੂਲ ਆ ਜਿਨ੍ਹਾਂ ਵਿੱਚ ਸ਼ੂਜ਼ ਅੱਗੋਂ ਹਜੇ ਸਪੋਂਸਰ ਕਰਨ ਦੀ ਲੋੜ ਆ। ਅਤੇ ਪਲੀਜ਼ ਤੁਸੀਂ ਆਪਣੇ ਫਰੈਂਡਸ ਜਾਂ ਰਿਲੇਟਿਵਸ ਨੂੰ ਕਨੈਕਟ ਕਰਿਆ ਕਰੋ ਅਤੇ ਤਾਂ ਕਿ ਸਾਡੇ ਕੈਂਪੇਨ ਜਿਹੜੇ ਉਹ ਜਲਦੀ ਜਲਦੀ ਸਪੋਂਸਰ ਹੋ ਜਾਣ। ਇੱਕ ਮੇਰੀ ਹੋਰ ਰਿਕੁਐਸਟ ਆ ਜੋ ਮੈਂ ਹਮੇਸ਼ਾ ਹੀ ਕਰਦੀ ਹਾਂ, ਜੇ ਤੁਸੀਂ ਸਾਨੂੰ ਸੌਕਸ ਭੇਜ ਸਕਦੇ ਹੋ ਤਾਂ ਜ਼ਰੂਰ ਭੇਜੋ, ਕਿਉਂਕਿ ਸਕੂਲ ਦੇ ਵਿੱਚ ਜਦੋਂ ਮੇਰੇ ਕੋਲ ਆਪਣੇ ਕੋਲ 2-3 ਹਜ਼ਾਰ ਜਾਂ 5 ਹਜ਼ਾਰ ਸਟੋਕ ਹੋਏਗਾ ਸੌਕਸ ਦਾ, ਫਿਰ ਮੈਂ ਬੱਚਿਆਂ ਨੂੰ 2-2, 3-3, 4-4 ਜੋੜੇ ਜਿਹੜੇ ਦੇਣੇ ਸ਼ੁਰੂ ਕਰ ਦਾਂਗੀ। ਬਹੁਤ ਜ਼ਿਆਦਾ ਜ਼ਰੂਰਤ ਆ ਸਾਨੂੰ ਸੌਕਸ ਦੀ। ਤੁਸੀਂ ਪਲੀਜ਼ ਸਾਡੇ ਡਾਇਰੈਕਟਲੀ ਸਾਡੀ ਵੈਬਸਾਈਟ ਚੈੱਕ ਕਰਕੇ ਇਸ ਲਿੰਕ ਤੇ ਵੀ ਅਸੀਂ ਪਾ ਦਾਂਗੇ, ਤੁਸੀਂ ਡਾਇਰੈਕਟਲੀ ਸਾਡੇ ਐਡਰੈਸ ਤੇ ਸਾਨੂੰ ਸੌਕਸ ਭੇਜ ਦਿਓ ਤਾਂ ਕਿ ਇੱਕ ਬੱਚੇ ਨੂੰ ਅਸੀਂ 2-2, 3-3, 4-4 ਜੋੜੇ ਅਸੀਂ ਭੇਜ ਦਈਏ। ਸਿਰਫ 100 ਰੁਪੀਜ਼ ਲੱਗਣੇ ਤੁਹਾਡੇ, ਯੂਨੋ ਉਹਦੇ ਵਿੱਚ ਹੀ ਤੁਹਾਡੇ ਐਟਲੀਸਟ 3-4 ਪੇਅਰ ਜਿਹੜੇ ਆ ਸੌਕਸ ਦੇ ਉਹ ਆ ਜਾਣੇ ਆ। ਸੋ ਜੇ ਤੁਸੀਂ ਜ਼ਿਆਦਾ ਬੈਟਰ ਲਓਗੇ ਤਾਂ 3 ਪੇਅਰ ਆ ਜਾਣਗੇ ਜਾਂ 2 ਪੇਅਰ ਆ ਜਾਣਗੇ। ਸੋ ਸਿਰਫ ਤੁਸੀਂ 100 ਰੁਪੀਜ਼ ਜਿਹੜੇ ਆ ਉਹ ਸੌਕਸ ਲਈ ਕੱਢ ਲਓ। ਇੰਨੇ ਸਾਰੇ ਮੇਰੇ ਵਿਊਅਰਸ ਆ, 5 ਲੱਖ ਵਿਊਅਰਸ ਨੇ, ਵਿੱਚੋਂ 50,000 ਵਿਊਅਰਸ ਵੀ 4-4 ਸੌਕਸ ਭੇਜ ਦਿਨ ਤੇ ਸਾਡਾ ਕਿੰਨਾ ਜ਼ਿਆਦਾ ਬਹੁਤ ਜ਼ਿਆਦਾ ਸੌਕਸ ਹੋ ਜਾਣ। ਈਵਨ 50,000 ਇੱਕ ਵੀ ਸਾਨੂੰ ਸੌਕਸ ਭੇਜ ਦੇ ਤਾਂ ਵੀ ਯੂਨੋ ਬਹੁਤ ਜ਼ਿਆਦਾ ਸਾਡਾ ਬੈਨੀਫਿਟ ਹੋ ਜੇ। ਅਤੇ ਪਲੀਜ਼ ਤੁਸੀਂ ਸੌਕਸ ਜਿਹੜੀਆਂ ਜ਼ਰੂਰ ਭੇਜੋ, ਵੂਲਨ ਸੌਕਸ ਹੁਣ ਤੁਸੀਂ ਭੇਜ ਸਕਦੇ ਹੋ ਕਿਉਂਕਿ ਵਿੰਟਰਸ ਆ ਗਏ, ਤਾਂ ਕਿ ਬੱਚੇ ਜਿਹੜੇ ਆ ਸ਼ੂਜ਼ ਜ਼ਰੂਰ ਹੀ ਪਾ ਕੇ ਆਉਣ। ਅਤੇ ਇੰਨੀ ਭਾਰ ਸਰਦੀ ਦੇ ਵਿੱਚ ਕਿਸੇ ਦਾ ਵੀ ਜੀ ਨਹੀਂ ਕਰਦਾ ਕਿ ਉਹ ਬਿਨਾਂ ਸ਼ੂਜ਼ ਤੋਂ ਸਕੂਲ ਜਾਵੇ, ਜਾਂ ਕਿਸੇ ਦਾ ਵੀ ਜੀ ਨਹੀਂ ਕਰਦਾ ਕਿ ਉਹ ਪੈਰ ਉਹਨੇ ਨਾ ਟੱਕੇ ਹੋਣ। ਮੇਰੀ ਪੂਰੀ ਟੀਮ ਇੱਥੇ ਆਈ ਅੱਜ, ਅਸੀਂ 8-9 ਜਾਣੇ ਆ ਜਿਹੜੇ ਇੱਥੇ ਹੈਗੇ ਆ, ਤੇ ਸਾਰਿਆਂ ਨੇ ਸ਼ੂਜ਼ ਪਾਏ ਨੇ, ਸਾਰਿਆਂ ਨੇ ਸੌਕਸ ਪਾਈ, ਮਤਲਬ ਕਿ ਇੰਨੇ ਵੱਡੇ ਅਸੀਂ 30-30, 40-40 ਸਾਲ ਦੇ, ਤੇ ਉਹਨਾਂ ਨੂੰ ਵੀ ਇੰਨੀ ਠੰਡ ਲੱਗ ਰਹੀ ਕਿ ਸਾਰੇ ਸ਼ੂਜ਼ ਹੀ ਪਾ ਕੇ ਆਏ ਨੇ। ਤੇ ਆਹ ਬੱਚੇ ਤੇ ਬਿਲਕੁਲ ਛੋਟੇ ਨੇ, ਨਰਸਰੀ ਕਲਾਸ ਚ ਪੜ੍ਹ ਰਹੇ ਨੇ, ਪ੍ਰੀ ਨਰਸਰੀ ਦੇ ਵਿੱਚ ਨੇ, ਬਿਨਾਂ ਸ਼ੂਜ਼ ਤੋਂ ਹੀ ਸਕੂਲ ਅੱਜ ਆਏ ਨੇ। ਸੋ ਮੇਰੇ ਨਾਲ ਅੱਜ ਹੈਗੇ ਨੇ ਨਵਨੀਤ ਕੌਰ। ਨਵਨੀਤ ਕੌਰ ਨਾਲ ਮੈਂ ਹੁਣੇ ਥੋੜ੍ਹੀ ਦੇਰ ਪਹਿਲਾਂ ਫੋਟੋ ਪਾਈ ਸੀ। ਨਵਨੀਤ ਕੌਰ ਐਲੀਮੈਂਟਰੀ ਸਕੂਲ ਦੇ ਵਿੱਚ ਦੇ ਟੀਚਰ ਹੀ ਨੇ, ਅਤੇ ਉਹਨਾਂ ਦੀ ਅੱਜ ਸਪੈਸ਼ਲ ਛੁੱਟੀ ਕਰਕੇ ਉਹ ਇੱਥੇ ਅੱਜ ਵਾਲੰਟੀਅਰ ਕਰਨ ਆਏ ਨੇ। ਸੋ ਮੈਨੂੰ ਬਹੁਤ ਅੱਛਾ ਲੱਗਦਾ ਜਦੋਂ ਮੈਨੂੰ ਐਲੀਮੈਂਟਰੀ ਸਕੂਲ ਦੇ ਟੀਚਰਸ ਜਿਹੜੇ ਆ ਉਹ ਇੰਨਾ ਸਪੋਰਟ ਕਰਦੇ ਨੇ। ਨਵਨੀਤ ਨਾਲ ਸਟੇਸ਼ਨਰੀ ਵੀ ਲੈ ਕੇ ਆਏ ਨੇ ਸਾਰੇ ਬੱਚਿਆਂ ਨੂੰ ਇਸ ਸਕੂਲ ਦੇ ਵਿੱਚ ਦੇਣ ਲਈ। ਆਪਣੇ ਸਕੂਲ ਵਿੱਚ ਵੀ ਉਹ ਹਮੇਸ਼ਾ ਇਹੋ ਜਿਹੇ ਇਨੀਸ਼ੀਏਟਿਵਸ ਲੈਂਦੇ ਰਹਿੰਦੇ ਨੇ, ਸਟੇਸ਼ਨਰੀ ਦੇਣੀ ਜਾਂ ਜਿੱਦਾਂ ਵੀ ਉਹ ਹੈਲਪ ਕਰ ਸਕਦੇ ਨੇ। ਸੋ ਨਵਨੀਤ ਮੇਰੇ ਨਾਲ ਬਹੁਤ ਦੇਰ ਤੋਂ ਜੁੜੇ ਨੇ, ਅਤੇ ਮੈਂ ਚਾਹੁੰਦੀ ਕਿ ਮੈਂ ਤੁਹਾਨੂੰ ਦਿਖਾਵਾਂ ਕਿ ਉਹ ਇੱਥੇ ਸ਼ੂ ਗਿਵਿੰਗ 'ਚ ਪਾਰਟੀਸਪੇਟ ਕਰ ਰਹੇ ਨੇ। ਸੋ ਟੀਚਰ ਸਾਰਿਆਂ ਨੂੰ ਹੀ ਮੈਂ ਬਹੁਤ ਜ਼ਿਆਦਾ ਪਿਆਰ ਕਰਦੀ, ਕਿਉਂਕਿ ਤੁਹਾਡੇ ਸਾਰਿਆਂ ਦੇ ਪਿਆਰ ਨਾਲ ਹੀ ਮੇਰੇ ਕੈਂਪੇਨ ਜਿਹੜੇ ਉਹ ਸਕਸੈਸਫੁਲ ਹੋ ਰਹੇ ਨੇ।
हेलो सत श्री अकाल सो नवनीत शूज पवा रहे ने ए टीचर ने स्कूल दे सर हेलो सत श्री अकाल जी ਇਹ ਸਾਡਾ ਸਭ ਤੋਂ ਛੋਟਾ ਵਾਲੰਟੀਅਰ ਜਿਹੜਾ smiles.care ਦਾ ਉਹ ਆ ਚੁੱਕਿਆ ਹੈ ਸਾਡੇ ਕੋਲ ਅੱਜ ਤੇ ਜਿਹੜਾ ਖੁਦ ਸ਼ੂਜ਼ ਪਵਾ ਰਿਹਾ ਹੈ ਆਪਣਾ ਨਾਮ ਦੱਸੋ ਵਿਸ਼ਵਜੀਤ ਸਿੰਘ ਠੀਕ ਹੈ ਸੋ ਵਿਸ਼ਵ ਕਿੱਦਾਂ ਲੱਗ ਰਿਹਾ ਤੁਹਾਨੂੰ ਉਹ ਵਧੀਆ ਲੱਗਣ ਡਿਆ ਵਧੀਆ ਲੱਗ ਰਿਹਾ ਬੱਚਿਆਂ ਨੂੰ ਸ਼ੂਜ਼ ਦੀ ਲੋੜ ਹੈਗੀ ਜਿਨ੍ਹਾਂ ਨੇ ਚੱਪਲਾਂ ਪਾਈਆਂ ਅੱਜ ਮੈਨੂੰ ਪਤਾ ਲੱਗਿਆ ਕਿ ਪਾਰਟੀਆਂ ਕਰਕੇ ਖੁਸ਼ੀ ਨਹੀਂ ਮਿਲਦੀ ਹਾਂ ਪਾਰਟੀਆਂ ਕਰਕੇ ਕੁਛ ਨਹੀਂ ਮਿਲਦਾ ਸੋ ਵਿਸ਼ਵ ਕਹਿ ਰਿਹਾ ਕਿ ਪਾਰਟੀਆਂ ਕਰਕੇ ਕੁਛ ਨਹੀਂ ਮਿਲਦਾ ਅੱਜ ਮੈਨੂੰ ਪਤਾ ਲੱਗਾ ਕਿ ਬਹੁਤ ਸਾਰੇ ਬੱਚਿਆਂ ਨੂੰ ਜਿਹੜਾ ਵਾ ਸ਼ੂਜ਼ ਦੀ ਜ਼ਰੂਰਤ ਹੁੰਦੀ ਹੈ ਸੋ ਜ਼ਰੂਰ ਤੁਸੀਂ ਕੋਸ਼ਿਸ਼ ਕਰੋ ਆਪਣੀ ਫੈਮਿਲੀ ਨਾਲ ਤੁਸੀਂ ਮੈਨੂੰ ਵਿਜ਼ਿਟ ਕਰ ਸਕਦੇ ਹੋ ਜਾਂ ਜਦੋਂ ਵੀ ਅਸੀਂ ਤੁਹਾਡੇ ਡਿਸਟ੍ਰਿਕਟ 'ਚ ਆਉਂਦੇ ਹਾਂ ਉਦੋਂ ਤੁਸੀਂ ਵਿਜ਼ਿਟ ਕਰੋ ਜ਼ਰੂਰ ਆਪਣੇ ਬੱਚਿਆਂ ਨੂੰ ਐਲੀਮੈਂਟਰੀ ਸਕੂਲ ਵਿੱਚ ਵਿਜ਼ਿਟ ਕਰਾ ਸਕਦੇ ਹੋ ਮੇਰੇ ਨਾਲ ਤੁਸੀਂ ਕੈਂਪੇਨ 'ਚ ਪਾਰਟੀਸਪੇਟ ਕਰ ਸਕਦੇ ਹੋ ਹਮੇਸ਼ਾ ਅਸੀਂ ਸਕੈਡਿਊਲ ਆਪਣਾ ਪਾਇਆ ਹੁੰਦਾ ਕਿ ਅਸੀਂ ਕਿੱਥੇ ਕਿੱਥੇ ਜਾ ਰਹੇ ਹਾਂ ਅਤੇ ਉਸ ਹਿਸਾਬ ਨਾਲ ਤੁਸੀਂ ਆਪਣਾ ਯੂਨੋ ਟ੍ਰਿਪ ਕੋਈ ਲਾਈਨਅਪ ਕਰ ਸਕਦੇ ਹੋ ਤੁਸੀਂ ਮੇਰੇ ਨਾਲ ਜਿਹੜਾ ਕੈਂਪੇਨ 'ਚ ਪਾਰਟੀਸਪੇਟ ਕਰ ਸਕਦੇ ਹੋ ਤੁਹਾਡੇ ਬੱਚੇ ਜਦੋਂ ਇਸ ਕੈਂਪੇਨ ਨੂੰ ਐਕਸਪੀਰੀਅੰਸ ਕਰਨਗੇ ਤਾਂ ਉਹਨਾਂ ਨੂੰ ਬਹੁਤ ਜ਼ਿਆਦਾ ਉਹਨਾਂ ਦੀ ਲਾਈਫ ਚੇਂਜਿੰਗ ਐਕਸਪੀਰੀਅੰਸ ਹੋ ਜਾਏਗਾ ਉਹਨਾਂ ਨੂੰ ਪਤਾ ਲੱਗੇਗਾ ਕਿ ਹਾਂ ਅਸੀਂ ਕਿੰਨੇ ਲੱਕੀ ਹਾਂ ਸਾਡੇ ਪੇਰੈਂਟਸ ਨੇ ਸਾਨੂੰ ਕਿੰਨਾ ਅੱਛਾ ਰੱਖਿਆ ਅਤੇ ਸਾਨੂੰ ਲਾਈਫ 'ਚ ਕਿਸ ਸਾਈਡ ਵੱਲ ਮੂਵ ਕਰਨਾ ਚਾਹੀਦਾ ਜਾਂ ਕਿੰਨੇ ਸਾਰੇ ਬੱਚੇ ਨੇ ਜਿਹੜੇ ਰੋਜ਼ ਚੱਪਲਾਂ 'ਚ ਆ ਰਹੇ ਨੇ ਜਿਨ੍ਹਾਂ ਨੇ ਕਦੀ ਸ਼ੂਜ਼ ਨਹੀਂ ਪਾਏ ਜਾਂ ਇੰਨੀ ਭਾਰ ਸਰਦੀ ਦੇ ਵਿੱਚ ਉਹ ਪੜ੍ਹਨਾ ਚਾਹੁੰਦੇ ਨੇ ਅਤੇ ਸਕੂਲ ਆ ਰਹੇ ਨੇ ਅਤੇ ਬਿਨਾਂ ਸ਼ੂਜ਼ ਤੋਂ ਸਕੂਲ ਆ ਰਹੇ ਨੇ ਆਪਣੀ ਪੂਰੀ ਹੈਲਥ ਨੂੰ ਰਿਸਕ 'ਚ ਪਾ ਕੇ ਉਹ ਸਕੂਲ ਆ ਰਹੇ ਨੇ ਸੋ ਬੱਚਿਆਂ ਲਈ ਬੜਾ ਲਾਈਫ ਚੇਂਜਿੰਗ ਐਕਸਪੀਰੀਅੰਸ ਆ ਅਤੇ ਜ਼ਰੂਰ ਉਹਨਾਂ ਨੂੰ ਆਪਣੇ ਸੋਸ਼ਲ ਵਰਕ 'ਚ ਹਮੇਸ਼ਾ ਉਹਨਾਂ ਨੂੰ ਪਾਰਟੀਸਪੇਟ ਕਰਾਓ ਅਤੇ ਹੁਣ ਅਸੀਂ ਸ਼ੂ ਗਿਵਿੰਗ ਕੈਂਪੇਨ ਆਲਰੇਡੀ ਸਾਡੇ ਪਿਛਲੇ ਕੈਂਪੇਨਸ ਵਿੱਚ ਮਿਸ ਹੋ ਗਿਆ ਵੀਡੀਓਜ਼ ਅਤੇ ਤੁਸੀਂ ਹੁਣ ਜਦੋਂ ਸ਼ੂ ਗਿਵਿੰਗ ਸਾਡਾ ਸਟਾਰਟ ਹੋਏਗਾ ਮਤਲਬ ਆਲਰੇਡੀ ਸਟਾਰਟ ਹੋ ਚੁੱਕਾ ਅਤੇ ਮੈਂ ਖੁਦ ਵੀ ਪਾਰਟੀਸਪੇਟ ਕਰਾਂਗੀ ਅਤੇ ਤੁਸੀਂ ਇਸ ਵੀਡੀਓ ਨੂੰ ਸ਼ੇਅਰ ਕਰਨਾ ਹੈ ਤਾਂ ਕਿ ਮੈਕਸੀਮਮ ਲੋਕ ਜਿਹੜੇ ਆ ਸਾਡਾ ਸ਼ੂ ਗਿਵਿੰਗ ਜਿਹੜਾ ਦੇਖ ਸਕਣ ਨਿਸ਼ਾਨ
ਸਿਆਣੇ ਸੂਟ ਸੀਗਾ 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 ਠੀਕ ਆ ਤੇ ਰੋਜ਼ ਸ਼ੂਜ਼ ਪਾ ਕੇ ਆਉਣਾ
Thank you.
ਕਲਾਸ ਪੜਦਾ ਹਾਂ ਗ੍ਰੀਨਸ ਵਿੱਚ ਫਸਟ ਚ ਦੱਸੋ 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 ਉਹ ਨਵੇਂ ਸ਼ੂਜ਼ ਆ ਗਏ ਵੱਡੇ ਬਹੁਤ ਬਹੁਤ ਸ਼ੁਕਰੀਆ ਮੇਰੇ ਨਾਲ ਜੁੜਨ ਲਈ ਤੇ ਹਜੇ ਬਹੁਤ ਸਾਰੇ ਬੱਚੇ ਨੇ ਜਿਨ੍ਹਾਂ ਨੂੰ ਹਜੇ ਸ਼ੂਜ਼ ਮਿਲਨੇ ਨੇ ਤੇ ਬੈਠੇ ਹੋਏ ਬੱਚੇ ਸੋ ਉਹ ਸਾਰੇ ਬੱਚੇ ਜਿਹੜੇ ਕਿ ਪੰਜਾਬ 'ਚ ਹੁਣ ਠੰਡ ਸ਼ੁਰੂ ਹੋ ਗਈ ਆ ਫਿਰ ਵੀ ਉਹ ਚੱਪਲਾਂ ਦੇ ਵਿੱਚ ਹੀ ਜਿਹੜੇ ਅੱਜ ਸਕੂਲ ਆਏ ਨੇ ਸੋ ਬਹੁਤ ਸਾਰੇ ਸਕੂਲਸ ਆ ਜਾਂ ਆਲਮੋਸਟ ਸਾਰੇ ਸਕੂਲਸ ਆ ਜਿਨ੍ਹਾਂ ਨੇ ਹੁਣ ਯੂਨੀਫਾਰਮਸ ਦੇਣੀਆਂ ਨੇ ਉਹਦੇ ਵਿੱਚ ਸ਼ੂਜ਼ ਵੀ ਉਹਨਾਂ ਨੂੰ 400 ਦੇ ਵਿੱਚੋਂ ਹੀ ਆਪਣਾ ਜਿਹੜਾ ਸ਼ੂਜ਼ ਵੀ ਉਹਨਾਂ ਨੂੰ ਉਹਦੇ ਵਿੱਚ ਕੰਪਲੀਟ ਕਰਨੇ ਨੇ ਅਤੇ 400 'ਚ ਤੁਸੀਂ ਦੇਖੋ ਕਿ ਸ਼ਰਟ ਆਏਗੀ ਪੈਂਟ ਆਏਗੀ ਟੋਪੀ ਆਏਗੀ ਸੌਕਸ ਆਉਣਗੀਆਂ ਸ਼ੂਜ਼ ਆਉਣਗੇ ਕਿ ਕੀ ਆਏਗਾ ਸੋ ਬੜਾ ਛੋਟਾ ਥੋੜ੍ਹਾ ਬਜਟ ਆ ਸੋ ਕੋਸ਼ਿਸ਼ ਕਰੋ ਕਿ ਸਕੂਲ ਵਾਲਿਆਂ ਨੂੰ ਆਪਣੇ ਲੋਕਲ ਸਕੂਲ ਵਾਲਿਆਂ ਨੂੰ ਤੁਸੀਂ ਕਹੋ ਕਿ ਉਹ ਪੂਰਾ ਜਿਹੜਾ ਬਜਟ ਆ ਉਹ ਬੱਚਿਆਂ ਨੂੰ ਬੈਟਰ ਸ਼ਰਟ ਬੈਟਰ ਪੈਂਟ ਦੇਣ ਦੇ ਵਿੱਚ ਯੂਜ਼ ਕਰਨ ਜਾਂ ਉਹਨਾਂ ਨੂੰ ਜ਼ਿਆਦਾ ਸੌਕਸ ਪ੍ਰੋਵਾਈਡ ਕਰਨ 'ਚ ਯੂਜ਼ ਕਰਨ ਜਾਂ ਉਹਨਾਂ ਨੂੰ ਟੋਪੀ ਦੇਣ 'ਚ ਯੂਜ਼ ਕਰਨ ਜਿਹੜਾ ਕਿ ਵਿੰਟਰ 'ਚ ਉਹਨਾਂ ਦੇ ਕੰਮ ਆਉਣੀ ਆ ਅਤੇ ਸ਼ੂਜ਼ ਜਿਹੜੀ ਕਿ ਕੋਸਟਲੀ ਆਈਟਮ ਆ ਜਿੰਨਾ ਮਰਜ਼ੀ ਬਜਟ ਉਹ ਸ਼ੂਜ਼ ਲਈ ਵਧਾ ਦੇਣ ਤਾਂ ਵੀ ਉਹ ਬੈਟਰ ਸ਼ੂਜ਼ ਜਿਹੜਾ ਨਹੀਂ ਦੇ ਸਕਦੇ ਕਿਉਂਕਿ ਇੱਕ ਨੋਰਮਲ ਸ਼ੂ ਵੀ ਮੇਰੇ ਅਕੋਰਡਿੰਗ 250-300 ਉਹਦਾ ਬਜਟ ਜਿਹੜਾ ਚਾਹੀਦਾ ਜਿਹੜਾ ਕਿ ਬੱਚੇ 6-7 ਮਹੀਨੇ 8-9 ਮਹੀਨੇ ਜਿਹੜਾ ਹੰਢਾ ਲੈਣ ਜਾਂ ਉਹ ਪਾ ਸਕਣ ਤਾਂ ਵੀ ਬੱਚਿਆਂ ਦੀ ਐਕਟੀਵਿਟੀ ਇੰਨੀ ਜ਼ਿਆਦਾ ਹੁੰਦੀ ਆ ਸਪੋਰਟਸ ਜਾਂ ਜਿੱਦਾਂ ਉਹ ਖੇਡ ਮਲਦੇ ਨੇ ਜਾਂ ਹਰ ਜਗ੍ਹਾ ਉਹਨਾਂ ਨੇ ਉਹੀ ਸ਼ੂ ਪਾਉਣਾ ਵਾ ਕਿ ਤਾਂ ਵੀ ਉਸ ਸ਼ੂ ਨੂੰ 1 ਸਾਲ ਕੱਢਣਾ ਵੀ ਜਿਹੜਾ ਬੜਾ ਟਫ ਆ 250-300 ਵਾਲੇ ਸ਼ੂ ਨੂੰ ਵੀ 1 ਸਾਲ ਬੱਚਿਆਂ ਦੇ ਪੈਰਾਂ ਵਿੱਚ ਕੱਢਣਾ ਜਿਹੜਾ ਬੜਾ ਟਫ ਆ ਅਤੇ ਪਰ ਲੋਕਲ ਸਕੂਲਸ ਨੂੰ ਐਲੀਮੈਂਟਰੀ ਸਕੂਲ ਨੂੰ ਸਪੈਸ਼ਲੀ ਇਸ ਤਰ੍ਹਾਂ ਹੀ ਤੁਸੀਂ ਸਪੋਰਟ ਕਰੋ ਕਿ ਜਿਹੜੀ ਕੋਸਟਲੀ ਆਈਟਮ ਆ ਜਿਵੇਂ ਸ਼ੂ ਆ ਜਾਂ ਕੋਟੀ ਆ ਜਾਂ ਬਲੇਜ਼ਰ ਆ ਇਹ ਜਿਹੜਾ ਆਈਟਮਸ ਆ ਇਹਨਾਂ ਨੂੰ ਸਪੋਂਸਰ ਕਰਨ ਦੀ ਕੋਸ਼ਿਸ਼ ਕਰੋ ਇਹਦੇ ਵਿੱਚ ਤੁਸੀਂ ਹੈਲਪ ਕਰੋ ਅਤੇ ਮੇਰੀ ਤੁਹਾਨੂੰ ਰਿਕੁਐਸਟ ਆ ਕਿ ਪਲੀਜ਼ ਉਸੇ ਸਕੂਲਸ ਨੂੰ ਸਪੋਂਸਰ ਕਰੋ ਜਿੱਥੇ ਵਾਕਈ ਹੀ ਲੋੜ ਆ ਸੋ ਬਹੁਤ ਵਾਰੀ ਇੱਦਾਂ ਹੁੰਦਾ ਕਿ ਸਕੂਲ ਵਿੱਚ ਆਲਰੇਡੀ ਬੱਚਿਆਂ ਕੋਲ ਸ਼ੂਜ਼ ਨੇ ਜਾਂ ਸਕੂਲ ਵਿੱਚ ਆਲਰੇਡੀ ਉਸ ਚੀਜ਼ ਦੀ ਲੋੜ ਨਹੀਂ ਆ ਪਰ ਫਿਰ ਵੀ ਅਸੀਂ ਉਹਨਾਂ ਨੂੰ ਜ਼ਬਰਦਸਤੀ ਦੇ ਰਹੇ ਹਾਂ ਜਾਂ ਅਸੀਂ ਦੇ ਰਹੇ ਹਾਂ ਪਰ ਇੱਦਾਂ ਅਸੀਂ ਨਹੀਂ ਕਰਨਾ ਇਸ ਕਰਕੇ ਆਪਣੇ ਜੋ ਵੀ ਕੈਂਪੇਨ ਤੁਸੀਂ ਕਰਨਾ ਜਾਂ ਆਪਣੇ ਪਿੰਡ ਕਰਨਾ ਜਾਂ ਤੁਸੀਂ ਕਰਵਾਉਣਾ ਜੋ ਵੀ ਤੁਸੀਂ ਟਾਸਕ ਕਰਨਾ ਉਹਦਾ ਪਲੀਜ਼ ਪਹਿਲਾਂ ਰਿਸਰਚ ਕਰਨੀ ਆਪਾਂ ਸਰਵੇ ਕਰਨਾ ਹੀ ਆ ਆਪਣੀ ਟੀਮ ਨੂੰ ਉੱਥੇ ਭੇਜਣਾ ਕਿ ਵਾਕਈ ਉੱਥੇ ਲੋੜ ਆ ਜਾਂ ਕਿੰਨੇ ਬੱਚਿਆਂ ਨੂੰ ਉੱਥੇ ਲੋੜ ਆ ਜੇ 2 ਬੱਚਿਆਂ ਕੋਲ ਵੀ ਸ਼ੂਜ਼ ਹੈਗੇ ਨੇ ਤਾਂ ਪਲੀਜ਼ ਉਹਨਾਂ ਨੂੰ ਸ਼ੂਜ਼ ਜਿਹੜੇ ਆ ਉਹ ਅਵੋਇਡ ਕਰੀਏ ਦੇਣੇ ਬਟ ਫਿਰ ਵੀ ਜਿਹੜੇ ਬੱਚਿਆਂ ਕੋਲ ਸ਼ੂਜ਼ ਹੁੰਦੇ ਨੇ ਉਹ ਸਕੂਲ ਵਾਲੇ ਹੁੰਦੇ ਨੇ ਜਾਂ ਲੋਕਲ ਹੀ ਹੁੰਦੇ ਨੇ ਤੁਸੀਂ ਐਨਾਲਾਈਜ਼ ਕਰ ਸਕਦੇ ਦੇਖ ਕੇ ਕਿ ਬੱਚੇ ਦਾ ਸ਼ੂ ਹੰਡੇਗਾ ਕਿ ਨਹੀਂ ਹੰਡੇਗਾ ਕਿਤੇ ਉਹਨੇ ਉਹੀ 60-70 ਵਾਲਾ ਸ਼ੂ ਤਾਂ ਨਹੀਂ ਪਾਇਆ ਜੋ ਹਫ਼ਤੇ ਬਾਅਦ ਫਿਰ ਉਹਦਾ ਟੁੱਟ ਜਾਏਗਾ ਸੋ ਥੋੜ੍ਹਾ ਜਿਹਾ ਰਿਸਰਚ ਵਰਕ ਜਿਹੜਾ ਵਾ ਉਹ ਜ਼ਰੂਰੀ ਆ ਪ੍ਰਾਈਵੇਟ ਸਕੂਲਸ ਨੂੰ ਥੋੜ੍ਹਾ ਜਿਹਾ ਅਵੋਇਡ ਕਰਨਾ ਦੀ ਲੋੜ ਆ ਜਿੱਥੇ ਬੱਚੇ ਜਿਹੜੇ 300-400-500 ਰੁਪਇਆ ਮਹੀਨੇ ਦੀ ਫੀਸ ਭਰ ਸਕਦੇ ਨੇ ਉੱਥੇ ਉਹ ਸ਼ੂਜ਼ ਲੈ ਸਕਦੇ ਨੇ ਪਰ ਜਿਹੜੇ ਸਰਕਾਰੀ ਸਕੂਲ ਆ ਜਿੱਥੇ ਕਿ ਮੋਰ ਦੈਨ
ਯੂ نو 60-70% ਬੱਚੇ ਸਿਰਫ ਖਾਣਾ ਹੀ ਖਾਣ ਆ ਰਹੇ ਨੇ ਤੇ ਉਹਨਾਂ ਨੂੰ ਇਹ ਨਹੀਂ ਪਤਾ ਕਿ ਸ਼ਾਮੀ ਉਹਨਾਂ ਨੂੰ ਖਾਣਾ ਮਿਲਣਾ ਕਿ ਨਹੀਂ ਮਿਲਣਾ ਰੋਟੀ ਨਸੀਬ ਹੋਣੀ ਕਿ ਨਹੀਂ ਹੋਣੀ ਸੋ ਇਸ ਤਰ੍ਹਾਂ ਦੇ ਬੱਚੇ ਹੀ ਸਰਕਾਰੀ ਸਕੂਲਾਂ ਦੇ ਵਿੱਚ ਆਉਂਦੇ ਨੇ ਤੇ ਸਾਡਾ ਪਹਿਲਾ ਫਰਜ਼ ਆ ਉਹ ਬੱਚਿਆਂ ਦੀ ਹੈਲਪ ਕਰਨਾ ਜਾਂ ਫਿਰ ਸਲਮ ਏਰੀਆਜ਼ ਦੇ ਵਿੱਚ ਜਾ ਕੇ ਚੱਪਲਾਂ ਉਹਨਾਂ ਨੂੰ ਦੇਣਾ ਕਿਉਂਕਿ ਸ਼ੂਜ਼ ਪਾਉਣ ਦੀ ਉਹਨਾਂ ਨੂੰ ਆਦਤ ਨਹੀਂ ਆ ਉਹਨਾਂ ਨੇ ਸ਼ੂਜ਼ ਨਹੀਂ ਪਾਉਣੇ ਸਲਮ ਏਰੀਆਜ਼ ਵਿੱਚ ਸੋ ਮੈਕਸੀਮਮ ਕੋਸ਼ਿਸ਼ ਕਰੀਏ ਕਿ ਸਲਮ ਏਰੀਆਜ਼ ਵਿੱਚ ਚੱਪਲਾਂ ਅਸੀਂ ਉਹਨਾਂ ਨੂੰ ਪ੍ਰੋਵਾਈਡ ਕਰ ਦਈਏ ਜਾਂ ਸੌਕਸ ਅਸੀਂ ਪ੍ਰੋਵਾਈਡ ਕਰ ਦਈਏ ਸੋ ਇਹ ਇਸ ਤਰ੍ਹਾਂ ਜਿਹੜੀ ਆਪਾਂ ਵਿੰਟਰਸ ਦੇ ਵਿੱਚ ਜੋ ਵੱਧ ਤੋਂ ਵੱਧ ਦੂਜਿਆਂ ਦੀ ਮਦਦ ਕਰ ਸਕਦੇ ਹਾਂ ਉਹ ਆਪਾਂ ਕਰੀਏ ਸੋ ਇਸ ਕੈਂਪੇਨ ਨੂੰ ਅੱਜ ਖਾਲਸਾ ਏਡ ਇੰਟਰਨੈਸ਼ਨਲ ਨੇ ਸਪੋਂਸਰ ਕੀਤਾ ਹੈ ਅਗੇਨ ਆਈ ਐਮ ਵੈਰੀ ਥੈਂਕਫੁਲ ਟੂ ਰਵੀ ਸਿੰਘ ਜੀ ਆਈ ਐਮ ਵੈਰੀ ਥੈਂਕਫੁਲ ਟੂ ਅਮਰਪ੍ਰੀਤ ਸਿੰਘ ਜੀ ਜਿਨ੍ਹਾਂ ਨੇ ਡਿਸੀਜਨ ਲਿਆ ਹੈ 1000 ਸ਼ੂਜ਼ ਜਿਹੜੇ ਆ ਉਹ ਉਹਨਾਂ ਨੇ ਸਮਾਈਲਸ ਡੋਟ ਕੇਅਰ ਨੂੰ ਸਾਡੀ ਐਨ ਜੀ ਓ ਨੂੰ ਸਪੋਂਸਰ ਕੀਤੇ ਨੇ ਜਿਹਦੇ ਨਾਲ ਕਿ ਕਾਫੀ ਜਿੱਦਾਂ ਕਿ ਪੂਰੇ 1000 ਬੱਚਿਆਂ ਦੀ ਡਿਫਰੈਂਟ ਐਲੀਮੈਂਟਰੀ ਸਕੂਲਸ ਦੇ ਵਿੱਚ ਹੈਲਪ ਹੋ ਜਾਏਗੀ ਤੇ ਸਾਡੀ ਵੀ ਟੀਮ ਦੀ ਇਹੀ ਕੋਸ਼ਿਸ਼ ਆ ਕਿ ਜ਼ਿਆਦਾ ਤੋਂ ਜ਼ਿਆਦਾ ਲੋੜਵੰਦ ਜਿਹੜਾ ਸਕੂਲ ਆ ਉਹਨੂੰ ਜਿਹੜੇ ਸ਼ੂਜ਼ ਪ੍ਰੋਵਾਈਡ ਕੀਤੇ ਜਾਣ ਜੇ ਸਾਨੂੰ ਕੋਈ ਵੀ ਐਨ ਜੀ ਓਜ਼ ਜਿਹੜੀਆਂ ਸਪੋਰਟ ਕਰਦੀਆਂ ਤੇ ਮੋਸਟ ਵੈਲਕਮ ਆ ਵੀ ਆਰ ਵੈਰੀ ਥੈਂਕਫੁਲ ਇਹਦੇ ਨਾਲ ਸਾਡਾ ਕੰਮ ਜਿਹੜਾ ਹੋਰ ਈਜ਼ੀ ਹੋ ਰਿਹਾ ਅਸੀਂ ਆਪਣੇ ਟਾਰਗੇਟ ਵੱਲ ਜਾਂ ਮੈਕਸੀਮਮ ਜਿਹੜੇ ਬੱਚਿਆਂ ਨੂੰ ਨੀਡ ਆ ਵਿੰਟਰਸ ਵਿੱਚ ਉਹਨਾਂ ਵੱਲ ਜਿਹੜਾ ਜਲਦੀ ਤੋਂ ਜਲਦੀ ਅਸੀਂ ਅੱਗੇ ਵੱਧ ਰਹੇ ਹਾਂ ਤੁਹਾਡਾ ਬਹੁਤ ਜ਼ਿਆਦਾ ਸਾਥ ਆ ਬਹੁਤ ਜ਼ਿਆਦਾ ਪਿਆਰ ਆ ਸਾਰਿਆਂ ਦਾ ਮੇਰੇ ਲਈ ਸੋ ਇਸ ਲਈ ਬਹੁਤ ਬਹੁਤ ਸ਼ੁਕਰੀਆ ਅਤੇ ਮੇਰੇ ਵੱਲੋਂ ਬਹੁਤ ਬਹੁਤ ਪਿਆਰ ਬਹੁਤ ਬਹੁਤ ਸਤਿਕਾਰ ਮਨਦੀਪ ਕੌਰ ਸਿੱਧੂ ਥੈਂਕ ਯੂ ਸੋ ਮੱਚ ਮੇਰੇ ਨਾਲ ਜੁੜਨ ਲਈ